ਸ਼ਿਕਾਲ ਜੀ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕਨੌਰ ਬੈਠਾ ਦੇਖੋ ਮਿਲੋ ਇਹਨੂੰ ਹਾਂਜੀ ਬਾਈ ਅੱਜ ਆਪਾਂ ਬਾਈ ਫਿਰ ਉਹੀ ਮੋਟਰ 'ਤੇ ਆਏ ਜਿੱਥੇ ਆਪਾਂ ਨੇ ਉਦੋਂ ਸਟਾਰਟਰ ਲਾਇਆ ਸੀਗਾ ਉਦੋਂ ਮੀਂਹ ਪੈ ਗਿਆ ਦੇਖੋ ਬਹੁਤ ਵਧੀਆ ਵਾਹਣ ਹੋ ਗਏ ਰੱਬ ਨੇ ਮੀਂਹ ਪਾਤਾ ਸੀਗਾ ਅਤੇ ਆਪਣਾ ਇੱਕ ਰਹਿੰਦਾ ਸੀਗਾ ਖੱਤਾ ਵਾਹੁਣ ਤੋਂ ਉਦੋਂ ਉਹਨੂੰ ਆਪਾਂ ਪਾਣੀ ਛੱਡ ਕੇ ਗਏ ਸੀਗੇ ਅੱਜ ਉਹ ਵੀ ਵਾਹਾਂਗੇ ਅਤੇ ਅੱਜ ਤੁਹਾਨੂੰ ਫਿਰ ਵੀਡੀਓ 575 ਦੀ ਦੂਜੇ ਲੋਟ ਦਿਖਾਵਾਂਗੇ ਥੱਲੋਂ ਚੱਲਦਾ ਅਤੇ ਕਿਉਂਕਿ ਉਸ ਦੇ ਨਾਲ ਹੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਸੀਗਾ ਜਿਹੜਾ ਆਪਾਂ ਉੱਪਰੋਂ ਵੀਡੀਓ ਬਣਾਈ ਸੀਗੀ ਤੁਹਾਨੂੰ ਕਿਹਾ ਸੀਗਾ ਮੈਂ ਫਿਰ ਥੱਲੋਂ ਚੱਲਦਾ ਹਾਲ ਕਿਵੇਂ ਲੱਗਦੇ ਆ ਥੱਲੋਂ ਬੈਟਰ ਦਿਖਦੇ ਆ ਉਹ ਦਿਖਾਵਾਂਗੇ ਬਣੇ ਰਹੋ ਬਾਈ ਵੀਡੀਓ ਦੇ ਨਾਲ ਅਤੇ ਇੱਕ ਦੋ ਕੰਮ ਹੋਰ ਕਰਾਂਗੇ ਆਪਾਂ ਉਹ ਵੀ ਵੀਡੀਓ 'ਚ ਦੱਸਦੇ ਹਾਂ ਤੁਹਾਨੂੰ ਫਿਰ ਲਓ ਜੀ ਟਰੈਕਟਰ ਵੀ ਆਪਣਾ ਆ ਗਿਆ ਅਤੇ ਆਪਾਂ ਉਹ ਮੋਟਰ ਤੋਂ ਦੇਖਾਂਗੇ ਅੱਜ ਉਹ ਮੋਟਰ ਤੋਂ ਨਾ ਇੱਥੇ ਤੱਕ ਆਪਾਂ ਨੇ ਪਾਇਪ ਪਾਉਣਾ ਆ ਅਤੇ ਟਰੈਕਟਰ ਨਾਲ ਆਹ ਖੱਤਾ ਆਪਾਂ ਵਾਹੁਣਾ ਆ ਤੁਹਾਨੂੰ ਦਿਖਾਉਂਦੇ ਆ ਵੀਡੀਓ ਕਿਵੇਂ ਚੱਲਦਾ ਰਹੇਗਾ ਲਓ ਬਾਈ ਥੋੜ੍ਹਾ ਜਿਹਾ ਗਿੱਲਾ ਜ਼ਿਆਦੇ ਆ ਤਾਂ ਕਰਕੇ ਨਾ ਟਰੈਕਟਰ ਸਲਿੱਪ ਜ਼ਿਆਦਾ ਕੱਢਦਾ ਨਹੀਂ ਤਾਂ ਹੋਰ ਵੀ ਡੂੰਘੇ ਜਿਹਾ ਲਾਉਣੇ ਨਾ ਫਿਰ ਟਰੈਕਟਰ ਸਲਿੱਪ ਕੱਢਣਾ ਇਹਦਾ ਗਿੱਲਾ ਵਾਹਲਾ ਜ਼ਿਆਦਾ ਉਰੇ ਟਰੈਕਟਰ 'ਚ ਬਸ ਬਾਈ ਇੱਕ ਘਾਟ ਲੱਗਦੇ ਸਾਨੂੰ ਜਿਹੜੀ ਆ ਟਰੈਕਟਰ ਹੌਲਾ ਬਹੁਤ ਆ ਇਹਦੇ ਵੇਟ ਵੂਟ ਚੰਗੀ ਤਰ੍ਹਾਂ ਲੱਗੇ ਹੁਣ ਫਿਰ ਚਲੋ ਵਧੀਆ ਚੱਲੀ ਜਾਂਦਾ ਬਸ ਆਹੀ ਘਾਟ ਆ ਇਹ 'ਚ ਥੋੜ੍ਹੇ ਜਿਹੇ ਹੌਲੇ ਨੇ ਬਾਕੀ ਬਾਈ ਵਾਹੀ ਬੂਹੀ ਨੂੰ ਬਹੁਤ ਵਧੀਆ ਨੇ ਇਹਦੀ ਜਿਹੜੀ ਲਿਫਟ ਆ ਨਾ ਜਿਹੜਾ ਕੰਟਰੋਲ ਆ ਬਹੁਤ ਵਧੀਆ ਕੰਟਰੋਲ ਆ ਬਾਈ ਇਹਦਾ ਇੱਥੇ ਨਾ ਥੋੜ੍ਹਾ ਜਿਹਾ ਗਿੱਲਾ ਵੱਧ ਆ ਜਿੱਥੋਂ ਸਲਿੱਪ ਕੱਢਦਾ ਟਰੈਕਟਰ ਥੋੜ੍ਹੇ ਜੇ ਥੱਲੇ ਕਰਦੇ ਆ ਜ਼ਿਆਦਾ ਹੜ੍ਹ ਅੱਗੇ ਥੋੜ੍ਹੇ ਥੋੜ੍ਹੇ ਹੀ ਲੱਗ ਰਹੇ ਨੇ ਅੱਜ ਤਾਂ ਦੂਰ ਨੂੰ ਦੇਖਦੇ ਹਾਂ ਜੇ ਦੂਰ ਨੂੰ ਵਧੀਆ ਲੱਗ ਜਾਣਗੇ ਤੁਹਾਨੂੰ ਦੂਰ ਨੂੰ ਦਿਖਾਉਂਦੇ ਹਾਂ ਵੀਡੀਓ ਫਿਰ ਦੂਰ 'ਚ ਦੇਖੋ ਬਾਈ ਹੜ੍ਹ ਵਧੀਆ ਲੱਗਦੇ ਕਿਉਂਕਿ ਪਹਿਲਾਂ ਗਿੱਲਾ ਵਾਹਲਾ ਸੀ ਜੀ ਅਤੇ ਸਲਿੱਪ ਵਾਹਲੇ ਕੱਢਦਾ ਟਰੈਕਟਰ ਦੇ ਟਾਇਰਾਂ 'ਚ ਵੀ ਹਵਾ ਜ਼ਿਆਦਾ ਆ ਤਾਂ ਕਰਕੇ ਵੀ ਥੋੜ੍ਹੀ ਜਿਹੀ ਪ੍ਰੋਬਲਮ ਆ ਅਤੇ ਥੋੜ੍ਹਾ ਜਿਹਾ ਗਿੱਲਾ ਵੀ ਵੱਧ ਆ ਇਹਦੇ ਵਿੱਚ ਪਾਣੀ ਵੀ ਛੱਡਿਆ ਹੋਇਆ ਉੱਪਰੋਂ ਮੀਂਹ ਵੀ ਪੈ ਗਿਆ ਸੀਗਾ ਪਾਣੀ ਵੀ ਦਿੱਤਾ ਸੀਗਾ ਉਹ ਸੁੱਕਾ ਨਾ ਜਿਹੜਾ ਇੱਧਰ ਇਹ 'ਚ ਗੇੜੇ ਦੇ ਕੇ ਦਿਖਾਵਾਂਗੇ ਫਿਰ ਤੁਹਾਨੂੰ ਬਾਅਦ 'ਚ ਫਿਰ ਉਹ 'ਚ ਜ਼ਿਆਦਾ ਵਧੀਆ ਪਤਾ ਲੱਗੂਗਾ ਫਿਰ ਪਤਾ ਨਹੀਂ ਕਿਹੜਾ ਲਾ ਲਿਆ ਜੀ ਵੀ ਇਹ ਮੀਡੀਅਮ 'ਚ ਪਾਉਂਦਾ ਬਾਈ ਟਰੈਕਟਰ ਇਹ ਅਤੇ 1500 ਚੱਕਰ 'ਤੇ ਚੱਲੀ ਜਾਂਦਾ ਤੁਹਾਨੂੰ ਜਿਵੇਂ ਚੱਕਰ ਦਾ ਉੱਧਰ ਦਿਖਾਇਆ ਦਿਆ ਪਹਿਲਾਂ ਵੀ ਦਿਖਾਇਆ ਦੇਖੋ ਬਾਈ ਉੱਧਰ ਥੋੜ੍ਹਾ ਜਿਹਾ ਸਲਿੱਪ ਕਰਦਾ ਸੀਗਾ ਟਰੈਕਟਰ ਆਹ ਦੇਖੋ ਇੰਨੇ ਇੰਨੇ ਹਾਲ ਵਧੀਆ ਲੱਗੀ ਜਾਂਦੇ ਆ ਮਾਂ ਚਲੋ ਥੋੜ੍ਹਾ ਜਿਹਾ ਕਲਿੱਪ ਇੱਧਰੋਂ ਬਣਾ ਕੇ ਤੁਹਾਨੂੰ ਦਿਖਾ ਦਈਏ ਪਹਿਲਾਂ ਤਾਂ ਤੁਸੀਂ ਹਾਲ ਦੇਖ ਸਕਦੇ ਹੋ ਥੋੜ੍ਹਾ ਜਿਹਾ ਨਾ ਹਲਕਾ ਹੋਣ ਕਰਕੇ ਥੋੜ੍ਹਾ ਟਾਇਰਾਂ 'ਚ ਵੀ ਹਵਾ ਜ਼ਿਆਦਾ ਆ ਥੋੜ੍ਹਾ ਜਿਹਾ ਸਲਿੱਪ ਉਰੇ ਵੀ ਕਰਦਾ ਏ ਥੋੜ੍ਹਾ ਜਿਹਾ ਹੌਲਾ ਟਰੈਕਟਰ ਬਸ ਦੇਖੋ ਬਈ ਚੱਲਦਾ ਨਾ ਵਧੀਆ ਪੂਰਾ ਹਾਲੇ ਬਾਈ ਬਾਹਰ ਆ ਸੀ ਮੈਂ ਸੋਚਿਆ ਚਲੋ ਤੁਹਾਨੂੰ ਇੱਥੇ ਮੋਟਰ 'ਤੇ ਦਿਖਾਉਂਦੇ ਹਾਂ ਆਪਣੀ ਦੇ ਕਿਹੜੇ ਕਿਹੜੇ ਦਰਖਤ ਲੱਗੇ ਹੋਏ ਆ ਆਹ ਦੇਖੋ ਬਾਈ ਇਹ ਤਾਂ ਅੰਕਲ ਦੇ ਹੀ ਲਾਏ ਹੋਇਆ ਬਹੁਤ ਸ਼ੌਕੀਨ ਆ ਉਹ ਦਾਦ ਰੁੱਤ ਲਾਉਣ ਦਾ ਆਹ ਦੇਖੋ ਆਹ ਤਾਂ ਇਹ ਆਪਣਾ ਪਾਮ ਜਿਹਾ ਲਾ ਰੱਖਿਆ ਆਹ ਗੁਲਾਬ ਦਾ ਬੂਟਾ ਲੱਗਿਆ ਹੋਇਆ ਆਹ ਇੱਧਰ ਕਿੰਨੂ ਸੰਤਰੇ ਲੱਗੇ ਹੋਏ ਨੇ ਇਹਦੇ ਉੱਪਰ ਲੱਗੇ ਵੀ ਬਹੁਤ ਹੋਏ ਨੇ ਬਹੁਤ ਫਲ ਆਇਆ ਹੋਇਆ ਇੱਥੇ ਅਤੇ ਬਹੁਤ ਸ਼ੌਕੀਨ ਆ ਇੱਥੇ ਕਾਫੀ ਜਗ੍ਹਾ ਉਹਨੇ ਬੂਟਿਆਂ ਵਾਸਤੇ ਹੀ ਰੱਖ ਰੱਖੀ ਆ ਆਹ ਵੀ ਕਿੰਨੂ ਹੈ ਜੀ ਆਹ ਦੇਖੋ ਆਹ ਇੱਧਰ ਅੰਬ ਲੱਗਿਆ ਅਤੇ ਆਹ ਦੋ ਔਲੇ ਦੇ ਬੂਟੇ ਲਾਏ ਹੋਏ ਨੇ ਔਲਾ ਆਪਣੇ ਘਰ ਵੀ ਲੱਗਿਆ ਹੋਇਆ ਅਤੇ ਇੱਥੇ ਵੀ ਅੰਕਲ ਨੇ ਵਧੀਆ ਸਾਰੇ ਵਧੀਆ ਬੂਟੇ ਲਾਏ ਹੋਏ ਨੇ ਥੱਲੇ ਕੱਖ ਵੀ ਬਹੁਤ ਨੇ ਕਿਤੇ ਵਾਧਾ ਵਧਾ ਲਈਏ ਉਈਓ ਚਲੋ ਕੋਈ ਨਹੀਂ ਅਤੇ ਆਹ ਦੇਖੋ ਬਾਈ ਅੰਬ ਤੁਹਾਨੂੰ ਅੰਬ ਦੇ ਅੰਬ ਦਿਖਾਵਾਂ ਨਾ ਨਿਕਾਹ ਜਿਹਾ ਅੰਬ ਆ ਦੇਖੋ ਕਿੱਡੇ ਸੋਹਣੇ ਅੰਬ ਲੱਗੇ ਹੋਏ ਨੇ ਦੇਖੋ ਬਾਈ ਪੂਰੇ ਅੰਬਾਂ ਦਾ ਭਰਿਆ ਪਿਆ ਬੂਟਾ ਇਹ ਲੁਕਮੇ ਜਿਹੇ ਅੰਬ ਨੇ ਆਹ ਆ ਗਿਆ ਬਾਈ ਅਨਾਰ ਦਾ ਬੂਟਾ ਅਤੇ ਆਹ ਫਿਰ ਆਪਣੇ ਕਿੰਨੂ ਆ ਗਏ ਜੀ ਨਿੰਬੂ ਜੇ ਕਿੰਨੂ ਨਿੰਬੂ ਹੈ ਨਿੰਬੂ ਇਹਦਾ ਹਾਂ ਜੀ ਆਹ ਆ ਗਿਆ ਆਪਣਾ ਆੜੂ ਅਤੇ ਆੜੂ ਦੇ ਨਾਲ ਇੱਧਰ ਲਾਇਆ ਹੋਇਆ ਜੀ ਗੈਸ ਕਰੋ ਭਲਾ ਕੀ ਆ ਤੁਹਾਨੂੰ ਦਿਖਾਉਣਾ ਮੈਂ ਦੇਖੋ ਕੀ ਆ ਭਲਾ ਲੱਗਿਆ ਪਤਾ ਚੀਕੂ ਆ ਜੀ ਇਹ ਚੀਕੂ ਲਾਇਆ ਹੋਇਆ ਚੀਕੂ ਇੱਥੇ ਦੋ ਨੇ ਇੱਕ ਉਹ ਲੱਗਿਆ ਹੋਇਆ ਉਹ ਫਿਰ ਇਹਨਾਂ ਦਾ ਆਪਣਾ ਜਿਹੜਾ ਕਹਿ ਦਈਏ ਵੀ ਆੜੂ ਦਾ ਬੂਟਾ ਜੀ ਉਹ ਅਤੇ ਆਹ ਅੰਬ ਲੱਗਿਆ ਹੋਇਆ ਫਿਰ ਨਾਲ ਇੱਧਰ ਆ ਕੜੀ ਪੱਤਾ ਜਿਨ੍ਹਾਂ ਨੂੰ ਪਤਾ ਹੋਊਗਾ ਸਬਜ਼ੀ ਸੁਬਜ਼ੀ 'ਚ ਪਾਉਂਦੇ ਹਾਂ ਬਾਈ ਵਧੀਆ ਬਣਦੀ ਹੁੰਦੀ ਆ ਵੈਸੇ ਇਹਦੇ ਨਾਲ ਦਾਲ ਸਬਜ਼ੀ ਫਾਇਦਾ ਹੀ ਹੈ ਇਹਦੇ ਕਹਿੰਦੇ ਇਹ ਕੜੀ ਪੱਤਾ ਜੀ ਆਹ ਪਹਿਲਾਂ ਸੌਂਫ ਲਾਈ ਹੋਈ ਸੀ ਇਹਦੇ ਸੁੱਕ ਸੱਕ ਵੀ ਅਤੇ ਅੰਬ ਹੈ ਅਤੇ ਉੱਧਰ ਗਾਹਾਂ ਅੱਗੇ ਜਾ ਕੇ ਅਮਰੂਦ ਵਗੈਰਾ ਲੱਗੇ ਹੋਏ ਆ ਤੁਹਾਨੂੰ ਉਹ ਵੀ ਦਿਖਾਉਣਾ ਦੇਖੋ ਆਹ ਪਪੀਤਾ ਲੱਗਿਆ ਸੀਗਾ ਅਤੇ ਆਹ ਸੀਗਾ ਬਾਈ ਅਮਰੂਦ ਉਹ ਅਮਰੂਦ ਆ ਲੱਗਦਾ ਤਾਂ ਆਇਆ ਪਰ ਸੁੱਕ ਗਿਆ ਪਰ ਬਾਈ ਉਹਦੇ ਕਾਲੇ ਪੱਤੇ ਨੇ ਉਹ ਪਤਾ ਨਹੀਂ ਕਿਹੜੀ ਵਰਾਇਟੀ ਆ ਅਮਰੂਦ ਦੀ ਅਤੇ ਉਹਦੇ ਨਾਲ ਤਾਂ ਆਹ ਵੀ ਆ ਦੇਖੋ ਲਾਲ ਕਾਲੇ ਜਿਹੇ ਪੱਤਿਆਂ ਵਾਲਾ ਅਮਰੂਦ ਆ ਦੇਖੋ ਲੱਗਦਾ ਆਇਆ ਵੀ ਸੁੱਕਿਆ ਪਿਆ ਪਰ ਨਹੀਂ ਇਹਦੇ ਪੱਤੇ ਹੀ ਐਵੇਂ ਦੇ ਨਹੀਂ ਠੀਕ ਹੈ ਜੀ ਆਹ ਪਤਾ ਨਹੀਂ ਕਾਹਦਾ ਬੂਟਾ ਹੁਣ ਇਹ ਮੈਨੂੰ ਲੱਗਦਾ ਚਕੋਤਰਾ ਚਕੁਤਰਾ ਜਾਂਦਾ ਜਿਹੜਾ ਕੀ ਹੁੰਦਾ ਉਹਦਾ ਲੱਗਦਾ ਅਤੇ ਦੇਖੋ ਬਾਈ
ਸਾਰੇ ਕਿੰਨਾ ਵਧੀਆ ਉੱਥੋਂ ਲੈ ਕੇ ਉਰੇ ਤੱਕ ਆ ਸਾਰਾ ਬੂਟਿਆਂ ਵਾਸਤੇ ਰੱਖਿਆ ਹੋਇਆ ਸਾਰੇ ਫਲਾਂ ਵਾਲੇ ਬੂਟੇ ਲਾਏ ਉਹਨੇ ਵਿੱਚ ਸਬਜ਼ੀ ਲਾ ਦਿੰਦਾ ਅੰਕਲ ਅਤੇ ਹੁਣ ਆਪਾਂ ਹੀ ਸਾਂਭ ਸੰਭਾਲ ਕਰਿਆ ਕਰਨੀ ਇਹਨਾਂ ਦੀ ਵੀ ਵਧੀਆ ਲੱਗਦਾ ਯਾਰ ਬੂਟਿਆਂ 'ਚ ਵਧੀਆ ਖੇਤ ਸੋਹਣਾ ਲੱਗਦਾ ਇੱਕ ਆਹ ਦੇਖੋ ਬਾਈ ਇਹ ਪੰਪ ਦਾ ਸਟਰਕਚਰ ਜਿਹਾ ਕਾਫੀ ਪੁਰਾਣਾ ਪੰਪ ਜਿਹੜੇ ਅੱਗੇ ਪਹਿਲਾਂ ਪੰਪ ਹੁੰਦੇ ਸੀਗੇ ਅਤੇ ਉਹਦਾ ਇਹ ਖੜਾ ਆ ਪੰਪ ਦਾ ਸਟਰਕਚਰ ਜਿਹਾ ਇਹ ਬਾਈ ਪੁਰਾਣੇ ਟਾਈਮਾਂ ਦੇ ਨਿਸ਼ਾਨੀਆਂ ਨੇ ਜਦੋਂ ਪਾਣੀ ਉੱਚੇ ਹੁੰਦੇ ਸੀਗੇ ਹੈਂਡ ਪੰਪ ਆ ਬਾਈ ਇਹ ਆਹੋ ਆਹ ਮੂੰਹ ਘੁਮਾ ਕੇ ਇੱਧਰ ਨੂੰ ਪਾ ਦਾਂਗੇ ਪੈਪ ਇੱਕ ਟੋਟਾ ਮੂਹਰੇ ਆ ਹੈਗਾ ਦੇਖਦੇ ਹਾਂ ਵਗ ਜਾਊਗਾ ਆਪਣਾ ਹੀ ਆ ਕਿ ਨਾ ਉਰੇ ਪੈਪ ਆਪਣੇ ਵਾਲਾ ਆਪਣੇ ਵਾਲਾ ਹੀ ਆ ਉਹਦੇ ਮੂਹਰੇ ਉਹ ਟੋਟਾ ਲੱਗ ਜੂ ਵਗ ਜੂ ਉਹ ਭੜੋਲੀ 'ਚ ਪਾ ਦਾਂਗੇ ਉੱਧਰੋਂ ਦੂਏ ਪਾਸੋਂ ਹਾਂਜੀ ਬਾਈ ਵੀਡੀਓ ਥੋੜ੍ਹੀ ਸਾਫ਼ ਨਹੀਂ ਆਉਣੀ ਹੋਣੀ ਸੂਰਜ ਜਮ੍ਹਾਂ ਸਿਰ 'ਤੇ ਆ ਵੀਡੀਓ ਆਉਂਦੀ ਹੋਣੀ ਕਾਲੀ ਆਪਾਂ ਨੇ ਪੈਪ ਜਾਂ ਤਾਂ ਫਿੱਟ ਕਰ ਲਿਆ ਅਤੇ ਹੁਣ ਕਹਿੰਦੇ ਵੀ ਆਪਾਂ ਇੱਥੋਂ ਖਾਲ ਆ ਜਿਹੜੀ ਉਹਨੇ ਪਾਣੀ ਝੱਲਣਾ ਨਹੀਂ ਦੋ ਮੋਟਰਾਂ ਦਾ ਇਕੱਠਾ ਹੁਣ ਉੱਥੇ ਟਰੈਕਟਰ ਖੜ੍ਹਾ ਉੱਠ ਲੈ ਕੇ ਆਉਣਾ ਮੈਂ ਉਹ ਆਪਣੇ ਨਾਲ ਬਾਈਆਂ ਦੀ ਜ਼ਮੀਨ ਆ ਉਹਨਾਂ ਦਾ ਅਤੇ ਉਹਦੇ ਨਾਲ ਫਿਰ ਆਪਾਂ ਵੱਟ ਖਾਲ ਹੋਰ ਪਾਉਣੀ ਪੈਣੀ ਆ ਉਹ ਖਾਲ 'ਚ ਵੀ ਪਾਣੀ ਚਲਾਵਾਂਗੇ ਲਿਆਉਂਦੇ ਆਪਾਂ ਟਰੈਕਟਰ ਪਾਉਂਦੇ ਹਾਂ ਖਾਲ ਆਹ ਖਾਲ ਦੇ ਲਵੇ ਲਵੇ ਪਾਵਾਂਗੇ ਵੱਟ ਬਾਈ ਅਤੇ ਦੇਖਦੇ ਹਾਂ ਖਾਲ ਪਾ ਦਾਂਗੇ ਇੱਥੇ ਕੱਖ 'ਚ ਵੀ ਪਏ ਰਹਿੰਦੇ ਕੱਖ ਚੱਕਣੇ ਪੈਣਗੇ ਜਾਂ ਫਿਰ ਕੱਖ ਚੱਕ ਕੇ ਇੱਕ ਸਿੰਗਲ ਪਾ ਦਾਂਗੇ ਇਹਦੇ ਨਾਲ ਨਾਲ ਖਾਲ ਹੋ ਜੂਗੀ ਜਾਂ ਫਿਰ ਇੱਥੇ ਦੀ ਅੱਡ ਖਾਲ ਪਾ ਦਾਂਗੇ ਦੋ ਮੋਟਰਾਂ ਦਾ ਪਾਣੀ ਐਨ ਆਰਾਮ ਨਾਲ ਆਪਣਾ ਉਹ ਉੱਪਰ ਆਹ ਖੱਤਾ ਛੱਡ ਕੇ ਗਾਂ ਵਾਲਾ ਉਹ ਉੱਪਰ ਲੈ ਜਾਣਾ ਅਤੇ ਦੋ ਦਾ ਐਨ ਪੂਰਾ ਵਧੀਆ ਜਾਈ ਜਾਊਗਾ ਫਿਰ ਇੱਧਰੋਂ ਬਾਈ ਚੱਕ ਲਏ ਹਲਾਂ ਦੇ ਸਾਰੇ ਕੱਖ ਕੱਢ ਲਿਆ ਏ ਇੱਧਰ ਆਪਾਂ ਪਾ ਦਈ ਫਿਰ ਵੱਟ ਫਿਰ ਡਿਸੀਜਨ ਬਣਾ ਲਿਆ ਕਹਿੰਦੇ ਵੀ ਆਪਾਂ ਵੀ ਕੱਖ ਚੱਕ ਕੇ ਲੈਂਦੇ ਹਾਂ ਫਿਰ ਹਲਾਂ ਦੇ ਹੀ ਚੱਕ ਲਏ ਪੂਰੀ ਵਧੀਆ ਖਾਲ ਪੈ ਆਪਾਂ ਚੌੜੀ ਜਿਹੀ ਵਾਹਾਂਗੇ ਬਾਅਦ 'ਚ ਇਹਨੂੰ ਵਾਹਾਂਗੇ ਖਾਲ ਪੈ ਜੂਗੀ ਆਪਣਾ ਵਧੀਆ ਪਾਣੀ ਜਾਣ ਲੱਗ ਜੂ ਉੱਥੇ ਦੀ ਇੱਕ ਮੋਟਰ ਦਾ ਇੱਧਰ ਦੀ ਇੱਕ ਦਾ ਇਹ 'ਚ ਦੀ ਇੱਥੋਂ ਭੜੋਲੀ 'ਚ ਨੂੰ ਲੰਘਾ ਲਓ ਜਿਹੜਾ ਵਾਧੂ ਆ ਹਾਂ ਪਹਿਲਾਂ ਤਾਂ ਕਹਿੰਦੇ ਡੰਟੇ ਸੇ ਜਾਏਗਾ ਡੰਟੇ ਸੇ ਥੱਲੇ ਕਰਕੇ ਨੀਵਾਂ ਰੱਖ ਕੇ ਉਹ ਵੱਡਿਆ ਨਾ ਜਾਵੇ ਪੈਰ ਇਧਰਲੀ ਖਾਲ ਚ ਜਾਊ ਇਹਦਾ ਜਾਊਗਾ ਉਧਰ ਨੂੰ ਲਾਈਟ ਆ ਗਈ ਉਧਰੋਂ ਬੱਸ ਆਪਣਾ ਥੋੜਾ ਜਿਹਾ ਉਹ ਕਰਨ ਵਾਲਾ ਸੀਗਾ ਉਹਨਾਂ ਨੇ ਪੌਦ ਭਰਨੀ ਆ ਉਹ ਪੌਦ ਭਰ ਕੇ ਉੱਥੇ ਪੌਦ ਭਰ ਕੇ ਪੌਦ ਭਰਨ ਤੋਂ ਬਾਅਦ ਉਹ ਮੋਟਰ ਵੀ ਆਪਾਂ ਚਲਾ ਲਾਂਗੇ ਪੈਪ ਬੰਨ ਕੇ ਆਹਦਾ ਚੱਲ ਵੀ ਲਓ ਜੀ ਬਾਈ ਪੈਪ ਤਾਂ ਆਪਣਾ ਚੱਲ ਗਿਆ ਉਰੇ ਅਤੇ ਪਾਣੀ ਆ ਗਿਆ ਅਤੇ ਆਪਾਂ ਹੁਣ ਚੱਲਦੇ ਹਾਂ ਘਰ ਨੂੰ ਅਤੇ ਆਪਾਂ ਮਿਲਾਂਗੇ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਬਾਈ ਉੱਧਰ ਆਪਾਂ ਫਿਰ ਕੱਲ੍ਹ ਤੁਹਾਨੂੰ ਨਾ ਜਿਹੜੀ ਆਪਣੀ ਸਿੱਧੀ ਬਿਜਾਈ ਕਰੀ ਵੀ ਆ ਉਹ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰੇ ਜਿਹੜੇ ਨਵੇਂ ਆਏ ਹੋ ਅਤੇ ਸਪੋਰਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ